16 साला मुंडे नू प्यार करना पिया महंगा। प्रेमिका नू मिलन गया सी खेतां चों मिली हुण लाश। प्रेमिका नू हो गया सी प्रेमी दी मौत दा पहला ही अंदाजा। फोन कर कर अक्की मुंडे दी प्रेमिका। स्कूल दा प्यार मौत ते आके मुक्या। यूपी दे विच पीलीभीत दे पिंड केसरपुर दे नेड़े एक नौजवान दा कतल कर दिता गया। अजिही खबर सोशल मीडिया ते धड़ल्ले दे नाल वायरल हो रही है, जिस दे विच दस्या जा रहा है कि 16 साला मुंडा अपनी प्रेमिका नू मिलन उसदे घर गया सी, ते जिस तों बाद उसदा कुछ पता नहीं चल्या ते हुण उसदी लाश खेतां दे विचों मिली है। कमाद दे विचों उसदी लाश बरामद हुई है। जानकारी सामने आ रही है कि जिहड़ा नौजवान है वह अपने दो दोस्तों के नाल गया सी, पर दोवें दोस्त पिंड दे बाहर खड़े रह जांदे ने, ते उस तों बाद जिहड़ा मुंडा है वह पिंड दे विच चला जांदा है, ते मुंडे की जिहड़ी लाश मिली है उसते सट्टां दे निशान ने, जिस तों बाद मुंडे दे परिवार ने कहा है कि यह कतल है। दस्या जा रहा है कि गजरोला इलाके का मनरिया पिंड है जिथों का रहने वाला मुंडा हरचरण सिंह, जिसकी उम्र करीब 16 से 19 साल के दरमियान दसी जा रही है, उसनू शाम 5 बजे पिंड दे विच्चों एक गुरद्वारे दे विच अखंड पाठ साहिब च शामिल होने की गल कह के ओह घरों चला जाता है। गुरद्वारा साहिब जाके उसने अपने पिंड दे ही दो दोस्तों नू ओह नाल लै जांदा है, ते दस्या जा रहा है कि मुंडा हरचरण केसरपुर पिंड च गया जिथे उसकी प्रेमिका रहिंदी सी। उसने अपने दोस्तों नू दस्या कि ओह अपनी प्रेमिका नू मिलन दे लई जा रहा, जिस तों बाद तिन्ने नौजवान जिस दे विच हरचरण ते नाल उसदे दो दोस्त हुंदे ने ਉਹ ਬਾਈਕ ਤੇ ਸਵਾਰ ਹੋ ਕੇ ਰਾਤ ਨੂੰ ਕੇਸਰਪੁਰ ਪਹੁੰਚ ਜਾਂਦੇ ਨੇ। ਹਰਚਰਨ ਬਾਈਕ ਤੋਂ ਉੱਤਰ ਕੇ ਚਲਾ ਜਾਂਦਾ ਹੈ ਤੇ ਉਹ ਆਪਣੇ ਦੋਸਤਾਂ ਨੂੰ ਕਹਿ ਜਾਂਦਾ ਹੈ ਕਿ ਉਹ ਥੋੜੀ ਦੇਰ ਤੱਕ ਫੋਨ ਕਰੇਗਾ ਤੇ ਉਹਨਾਂ ਨੂੰ ਵਾਪਸ ਭੇਜ ਦਿੰਦਾ। ਉਸ ਤੋਂ ਬਾਅਦ ਹਰਚਰਨ ਦਾ 1 ਘੰਟੇ ਤੱਕ ਫੋਨ ਨਹੀਂ ਆਉਂਦਾ। ਹਰਚਰਨ ਦੇ ਦੋਵੇਂ ਦੋਸਤ ਘਬਰਾ ਜਾਂਦੇ ਨੇ, ਉਸ ਨੂੰ ਦੁਬਾਰਾ ਫੋਨ ਕਰਦੇ ਨੇ ਪਰ ਉਸਦਾ ਫੋਨ ਬੰਦ ਆ ਰਿਹਾ ਹੁੰਦਾ। ਦੋਵੇਂ ਦੋਸਤ ਫਿਰ ਉਸਦੀ ਤਲਾਸ਼ ਸ਼ੁਰੂ ਕਰ ਦਿੰਦੇ ਨੇ, ਜਿਸ ਤੋਂ ਬਾਅਦ ਉਸ ਲੜਕੀ ਨੂੰ ਫੋਨ ਕੀਤਾ ਜਾਂਦਾ ਹੈ ਜਿਸ ਨੂੰ ਹਰਚਰਨ ਆਪਣੀ ਪ੍ਰੇਮਿਕਾ ਦੱਸਦਾ ਸੀ। ਉਸ ਨੂੰ ਫੋਨ ਕੀਤਾ ਜਾਂਦਾ ਤਾਂ ਉਹ ਕਹਿੰਦੀ ਹੈ ਕਿ ਹਰਚਰਨ ਤਾਂ ਇੱਥੇ ਨਹੀਂ ਆਇਆ, ਤੇ ਫਿਰ ਇਲਜ਼ਾਮ ਇਹ ਲੱਗਦੇ ਨੇ ਕਿ ਲੜਕੀ ਵਾਲਿਆਂ ਨੇ ਹਰਚਰਨ ਨੂੰ ਜਾਨੋਂ ਮਾਰਿਆ, ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਹੁਣ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਯੂਪੀ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਅੱਗੇ ਜਾਂਚ ਜਾਰੀ ਹੈ। ਤਾਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋ ਰਹੀਆਂ ਸਨ, ਲਗਾਤਾਰ ਵਾਇਰਲ ਹੋ ਰਹੀ ਹੁਣ ਇੱਕ ਆਡੀਓ ਰਿਕਾਰਡਿੰਗ ਵੀ ਸਾਹਮਣੇ ਆਈ ਹੈ। ਮੁੰਡਾ ਜਿਹੜੀ ਕੁੜੀ ਨੂੰ ਮਿਲਣ ਗਿਆ ਸੀ ਉਸਦੀ ਆਡੀਓ ਰਿਕਾਰਡਿੰਗ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਲੜਕੇ ਦਾ ਦੋਸਤ ਮ੍ਰਿਤਕ ਲੜਕੇ ਦੀ ਪ੍ਰੇਮਿਕਾ ਨਾਲ ਗੱਲ ਕਰਦਾ, ਜਿਸ ਦੇ ਵਿੱਚ ਹਰਚਰਨ ਦੀ ਪ੍ਰੇਮਿਕਾ ਫੋਨ ਕਰਦੀ ਹੈ ਅਤੇ ਕਹਿੰਦੀ ਹੈ ਕਿ ਕੁਝ ਪਤਾ ਲੱਗਾ, ਤਾਂ ਹਰਚਰਨ ਦਾ ਦੋਸਤ ਕਹਿੰਦਾ ਕਿ ਨਹੀਂ ਕੁਝ ਵੀ ਪਤਾ ਨਹੀਂ ਲੱਗਾ। ਇਸ ਤੋਂ ਬਾਅਦ ਲੜਕੇ ਦਾ ਦੋਸਤ ਕਹਿੰਦਾ ਕਿ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਫਿਰ ਹਰਚਰਨ ਦੀ ਪ੍ਰੇਮਿਕਾ ਕਹਿੰਦੀ ਹੈ ਕਿ ਜਦੋਂ ਪਤਾ ਲੱਗਾ ਤਾਂ ਪਲੀਜ਼ ਮੈਨੂੰ ਵੀ ਦੱਸ ਦੇਣਾ, ਅਤੇ ਫਿਰ ਹਰਚਰਨ ਦਾ ਦੋਸਤ ਕਹਿੰਦਾ ਠੀਕ ਹੈ ਜਦੋਂ ਪਤਾ ਲੱਗੇਗਾ ਤਾਂ ਉਸਨੂੰ ਦੱਸ ਦੇਣਗੇ। ਫਿਰ ਹਰਚਰਨ ਦਾ ਦੋਸਤ ਅੱਗੇ ਕੁੜੀ ਨੂੰ ਪੁੱਛਦਾ ਹੈ ਕਿ ਤੁਹਾਡੇ ਘਰ ਕਿਸੇ ਨੂੰ ਤਾਂ ਪਤਾ ਨਹੀਂ ਕਿ ਉਹ ਆਇਆ ਸੀ, ਤਾਂ ਹਰਚਰਨ ਦੀ ਪ੍ਰੇਮਿਕਾ ਕਹਿੰਦੀ ਹੈ ਨਹੀਂ। ਫਿਰ ਉਹ ਕਹਿੰਦੀ ਹੈ ਕਿ ਹਰਚਰਨ ਦਾ ਫੋਨ ਨਹੀਂ ਲੱਗਦਾ, ਕੀ ਗੱਲ? ਫਿਰ ਉਸਦਾ ਦੋਸਤ ਕਹਿੰਦਾ ਕਿ ਫੋਨ ਲੱਗ ਰਿਹਾ, ਬੈੱਲ ਜਾ ਰਹੀ ਹੈ। ਫਿਰ ਹਰਚਰਨ ਦੀ ਪ੍ਰੇਮਿਕਾ ਦੱਸਦੀ ਹੈ ਕਿ ਮੈਨੂੰ ਜਿੰਨਾ ਲੱਗਦਾ ਪੈਲੀ ਵਿੱਚ ਹੈ, ਤਾਂ ਹਰਚਰਨ ਦਾ ਦੋਸਤ ਕਹਿੰਦਾ ਕਿ ਪਤਾ ਲੱਗ ਜਾਏਗਾ, ਲੋਕੇਸ਼ਨ ਟਰੈਕ ਕਰਵਾ ਰਹੇ ਹਾਂ, ਪਰ ਪੈਲੀ 'ਚ ਕੋਈ ਨਹੀਂ ਹੈਗਾ। ਫਿਰ ਹਰਚਰਨ ਦੀ ਪ੍ਰੇਮਿਕਾ ਕਹਿੰਦੀ ਹੈ ਕਿ ਜਦੋਂ ਫੋਨ ਟਰੈਕ ਹੋ ਜਾਏਗਾ ਤਾਂ ਪਲੀਜ਼ ਉਸ ਨੂੰ ਵੀ ਦੱਸ ਦੇ। ਸੋ ਇਹ ਗੱਲਬਾਤ ਹੁੰਦੀ ਹੈ ਹਰਚਰਨ ਦੇ ਦੋਸਤ ਅਤੇ ਹਰਚਰਨ ਦੀ ਪ੍ਰੇਮਿਕਾ ਵਿਚਕਾਰ, ਜੋ ਕਿ ਇੱਕ ਵਾਇਰਲ ਆਡੀਓ ਹੈ ਜਿਸ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ। ਪਰ ਇਹ ਰਿਕਾਰਡਿੰਗ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਲੜਕੀ ਨੂੰ ਲੜਕੇ ਦੇ ਮਰਡਰ ਹੋਣ ਦਾ ਅੰਦਾਜ਼ਾ ਹੋ ਗਿਆ ਸੀ, ਜਿਸ ਕਰਕੇ ਉਸਨੇ ਕਈ ਵਾਰ ਲੜਕੇ ਦੇ ਦੋਸਤ ਨਾਲ ਫੋਨ 'ਤੇ ਗੱਲਬਾਤ ਕਰਕੇ ਚਿੰਤਾ ਜ਼ਾਹਿਰ ਕੀਤੀ ਹੈ। ਖੈਰ ਹੁਣ ਇਸ ਸਾਰੇ ਮਾਮਲੇ ਦਾ ਸੱਚ ਕੀ ਹੈ, ਇਸ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਮਾਮਲਾ ਜਾਂਚ ਦਾ ਵਿਸ਼ਾ ਹੈ, ਅਤੇ ਜੋ ਵੀ ਜਾਣਕਾਰੀ ਸਾਹਮਣੇ ਆਈ, ਜੋ ਵੀ ਆਡੀਓ ਸਾਹਮਣੇ ਆਈ, ਉਸਦੀ ਵੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਪੁਲਿਸ ਦੀ ਜਾਂਚ ਤੋਂ ਬਾਅਦ ਹੀ ਇਹ ਸਾਰਾ ਮਾਮਲਾ ਸਾਫ਼ ਹੋ ਪਾਵੇਗਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।